ਜਿਹਨੂੰ ਸਾਬਰ ਨੀ ਤੇ ਉਹਨੂੰ ਕਿਸੇ ਦੀ ਖਬਰ ਨੀ, ਜਿਹਨੂੰ ਸਾਬਰ ਹੈ ਤੇ ਉਹਨੂੰ ਕਿਸੇ ਦੀ ਖਬਰ ਨੀ ਹੈ। ਬਹੁਤ ਕਮਾਈ ਦਾ ਜਾਂ ਦੁੱਧ ਦਾ ਪਾ ਦੇਦਾ ਜੀ, ਬੱਚੇ ਵੇਚ ਲੈਂਦੇ ਨੇ, ਜੋ ਕੋਈ ਜਾਂਦੀ ਕੋਈ ਬੇਇੱਜ਼ਤੀ। ਹੱਥ ਬੰਨ ਕੇ ਬੇਨਤੀ ਹੈ ਕਿਉਂਕਿ ਅਸੀਂ ਅੱਜ ਰਾਮਗੜ੍ਹ ਸਰਦਾਰਾਂ ਪਹੁੰਚੇ ਹਾਂ ਅਸਬਰ ਖਾਨ ਦੀਆਂ ਬੱਕਰੀਆਂ ਦੀ ਵੀਡੀਓ ਬਣਾਉਣ, ਗੁੱਜਰਾਂ ਦੇ। ਅਸਬਰ ਖਾਨ ਹੈ ਜੀ? ਹਾਂ, ਅਸਬਰ ਖਾਨ ਦੇ ਗੁੱਜਰਾਂ ਦੇ ਅਸੀਂ ਅੱਜ ਰਾਮਗੜ੍ਹ ਸਰਦਾਰਾਂ ਵੀਡੀਓ ਬਣਾਉਣ ਚੱਲੇ ਹਾਂ ਦੂਰੀ ਬਾਅਦ, ਕਿਉਂਕਿ ਉਹਨਾਂ ਨੂੰ ਅਸੀਂ ਜੇ ਚੰਗੇ ਲੱਗੇ, ਚੰਗੇ ਨਿਸ਼ਾਨ ਲੱਗੇ, ਮੇਲਿਆਂ ਦੇ ਵਿੱਚ ਫਿਰਦੇ ਤੁਰਦੇ ਜਾਣਾ ਪਛਾਣਾ ਹੋਈਆਂ ਤਾਂ ਉਹਨਾਂ ਦੀ ਅਸੀਂ ਪਹਿਲਾਂ ਵੀ ਵੀਡੀਓ ਬਣਾ ਕੇ ਗਏ ਤਾਂ ਅੱਜ ਦੂਜੀ ਵਾਰ ਸਾਨੂੰ ਉਹਨਾਂ ਦੇ ਘਰ ਸੱਦਿਆ ਗਿਆ ਤਾਂ ਆਪਾਂ ਬਾਈਆਂ ਦੇ ਨਾਲ ਗੱਲਬਾਤ ਕਰਨ ਚੱਲੇ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅਸਬਰ ਖਾਨ ਜੀ ਸਤਿ ਸ੍ਰੀ ਅਕਾਲ। ਦੀਜਾ ਖਾਨ, ਅਸਬਰ ਖਾਨ ਕੀ ਨਾਮ ਜੀ ਆਪਣਾ? ਬਲਿੰਦਰ ਜੀ ਸਤਿ ਸ੍ਰੀ ਅਕਾਲ। ਫੈਜਲ ਸਿੰਘ ਜੀ ਸਤਿ ਸ੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਅਸੀਂ ਅੱਜ ਅਸਬਰ ਖਾਨ ਦੇ ਘਰ ਪਹੁੰਚੇ ਹਾਂ ਕਿਉਂਕਿ ਅਸੀਂ ਇਹਨਾਂ ਦੇ ਪਹਿਲਾਂ ਸਾਨੂੰ ਸੱਦਿਆ ਗਿਆ ਸੀ ਮੇਲਿਆਂ ਦੇ ਵਿੱਚ, ਸਾਡੀਆਂ ਜਾਣਾ ਪਛਾਣਾ ਹੋਈਆਂ ਉਦੋਂ ਬਾਅਦ ਕਿ ਮੌਜੂਦਾ ਸਰਪੰਚ ਵੀ ਮਿਲੇ ਸਾਨੂੰ ਇੱਥੇ ਰਾਮਗੜ੍ਹ ਸਰਦਾਰਾਂ ਦੇ, ਕਿਉਂਕਿ ਅੱਜ ਉਹ ਥੋੜ੍ਹੇ ਜਿਹੇ ਬਿਜ਼ੀ ਨੇ ਕਿਉਂਕਿ ਉਹ ਆ ਨਹੀਂ ਸਕੇ। ਉਹਨਾਂ ਤੱਕ ਸੱਦਾ ਸਾਡਾ ਪਹੁੰਚ ਗਿਆ, ਉਹਨਾਂ ਨੇ ਸਾਡੇ ਸੱਦੇ ਨੂੰ ਮਨਜ਼ੂਰ ਕੀਤਾ ਵੀ ਕੋਈ ਗੱਲ ਨਹੀਂ, ਮੈਂ ਥੋੜ੍ਹਾ ਜਿਹਾ ਬਿਜ਼ੀ ਹਾਂ ਅਤੇ ਤੁਸੀਂ ਵੀਡੀਓ ਬਣਾਓ। ਸ਼ਾਬਾਸ਼, ਤੁਹਾਡੇ ਆਈ ਹਾਜ਼ਰੀ ਮਨਜ਼ੂਰ ਕਰ ਲਈ, ਅਕਬਰ ਖਾਨ ਦੇ ਘਰ ਆਏ ਹੋ ਤੁਸੀਂ ਅਤੇ ਅੱਜ ਤੁਹਾਡੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਜੀ। ਹਾਂਜੀ, ਕਿੰਨੇ ਕੁ ਚਿਰ ਤੋਂ ਰੱਖਦੇ ਹੋ ਤੁਸੀਂ ਬੱਕਰੀਆਂ? ਅੱਛਾ ਜੀ, ਪਹਿਲਾਂ ਕੀ ਕਾਰੋਬਾਰ ਕਰਦੇ ਤੇ? ਪਹਿਲਾਂ ਤਾਂ ਮਾੜਾ ਜੀ ਖੇਤੀਬਾੜੀ, ਹਾਂ ਫੈਕਟਰੀਆਂ 'ਚ ਤੂੜੀ ਦਾ ਕੰਮ ਵੀ ਸਾਰੇ ਕੰਮ ਕਰੇ ਨੇ, ਠੇਕੇਦਾਰੀ ਵੀ ਕਰੀ ਆ ਤੂੜੀ ਵਾਲੀ, ਟਰਾਲੀਆਂ ਚਲਾਉਂਦਾ ਰਿਹਾ। ਅੱਛਾ, ਜ਼ਿਮੀਦਾਰਾ ਕਰਿਆ ਜੀ, ਸਮਝ? ਸਾਰਾ ਜ਼ਿਮੀਦਾਰਾ ਕਰਿਆ, ਕਿਸਾਨੀ ਕੰਮ ਕਰਿਆ? ਹਾਂ ਕਿਸਾਨੀ ਕਰਿਆ ਜੀ। ਬਹੁਤ ਮੁੰਡਾ ਕਹਿੰਦਾ ਬੱਕਰੀਆਂ ਰੱਖਣੀਆਂ ਨੇ, ਬੱਕਰੀਆਂ ਕਰੀ ਹੋ ਗਏ। ਹੁਣ ਜੀ ਤੁਹਾਨੂੰ 2 ਸਾਲ ਹੋ ਗਏ ਬੱਕਰੀਆਂ ਰੱਖਦੇ ਨੂੰ? ਹਾਂ 2-3 ਸਾਲ ਹੋ ਗਏ, ਵੱਧ ਹੋ ਗਏ ਜੀ। ਵੱਧ ਹੋ ਗਏ, ਕਿਉਂ ਜੀ? ਇਹਨਾਂ ਦੇ ਵਿੱਚ ਕਿਵੇਂ ਲਾਭ ਹੈ ਤੁਹਾਨੂੰ, ਕੋਈ ਕਮਾਈ ਪੈਦਾ ਕੀ ਚੀਜ਼ ਹੈ? ਕਮਾਈ ਦਾ ਜਾਂ ਦੁੱਧ ਦੱਧ ਪਾ ਦੇਦਾ ਜੀ, ਬੱਚੇ ਵੇਚ ਲੈਂਦੇ ਨੇ, ਜੋ ਕੋਈ ਲਿਆਂਦੀ ਕੋਈ ਵੇਚਦੀ। ਅੱਛਾ ਜੀ, ਹਾਂ ਕੰਮ ਬਸ ਜੀ। ਅੱਛਾ ਜੀ, ਅੱਛਾ, ਬਹੁਤ ਵਧੀਆ ਸ਼ੁਕਰੀਆ ਆ ਜਾਓ ਜੀ ਰਾਣਾ ਮਾੜਾ ਜਿਹਾ ਵੀਡੀਓ। ਹਾਂਜੀ ਸਰਦਾਰ ਜੀ, ਤੁਹਾਡੇ ਪਿੰਡ 'ਚ ਕਿੰਨੇ ਕੁ ਚਿਰ ਤੋਂ ਰਹਿੰਦੇ ਨੇ? ਇਹ ਤਾਂ ਜੀ ਮੈਂ ਜੰਮਣ ਤੋਂ ਪਹਿਲਾਂ ਦੇ ਨੇ। ਆਦੀ? ਹਾਂ ਜੀ, ਹਾਂ ਪੁਰਾਣੇ ਪੁਰਾਣੇ ਆ ਜੀ, ਪੁਰਾਣੇ ਬਜ਼ੁਰਗਾਂ ਵਾਸਤੇ, ਬਜ਼ੁਰਗ ਸਾਡੇ ਬਹੁਤ ਆਪਸ ਵਿੱਚ ਹੀ ਪਿਆਰ ਆ। ਤੁਸੀਂ ਅੱਜ ਜਿਵੇਂ ਇਕੱਠੇ ਹੋਏ ਹੋ ਕਿਉਂਕਿ ਤੁਹਾਡਾ ਕਿੰਨਾ ਕੁ ਪਿਆਰ ਹੈ? ਬਹੁਤ ਪਿਆਰ ਹੈ ਜੀ, ਸਾਡਾ ਤਾਂ ਆਇਆ ਵੀ ਆਪਦੇ ਭਾਈਆਂ ਦਾ ਪਿਆਰ ਨਹੀਂ ਹੁੰਦਾ ਹੁੰਦਾ, ਜਿਹਨਾਂ ਸਾਡਾ ਇੰਨਾ ਪਿਆਰ ਹੈ ਨਾਲ ਘਰ ਹੈ, ਕਿਉਂਕਿ ਨਾਲ ਕੰਧ ਨਾਲ ਕੰਧ ਲੱਗਦੀ ਹੈ ਵੀ ਸਾਡਾ ਇੰਨਾ ਪਿਆਰ ਹੈ ਵੀ ਜਿੰਨਾ ਇੰਨਾ ਸਾਡਾ ਹੱਦੋਂ ਪਰੇ ਭਾਈਆਂ ਦੇ ਨਾਲ ਵੀ ਪਿਆਰ ਨਹੀਂ ਜੀ, ਨਹੀਂ। ਬਹੁਤ ਬਹੁਤ ਪਿਆਰ ਦੀ ਗੱਲ ਹੈ ਜੀ, ਪਿਆਰ ਦੀ, ਸਤਿਕਾਰ ਦੀ, ਤੇ ਜਿਹਨੂੰ ਕਿ ਕਹਿੰਦਾ ਕਿਸੇ ਨੂੰ ਜਿਹਨੂੰ ਸਾਬਰ ਨੀ ਤੇ ਉਹਨੂੰ ਕਿਸੇ ਦੀ ਖਬਰ ਜਿਹਨੂੰ ਸਾਬਰ ਹੈ ਤੇ ਉਹਨੂੰ ਕਿਸੇ ਦੀ ਖਬਰ ਵੀ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਪਿਆਰ ਦੇ, ਪਿਆਰ ਨੂੰ ਤੁਹਾਡੇ ਨੂੰ 4 ਚੰਦ ਲੱਗਦੇ ਰਹੇ। ਆਓ ਜੀ ਮਾੜਾ ਜਿਹਾ ਅੱਗੇ ਨੂੰ, ਇਹ ਮੈਂਬਰ ਸਾਹਿਬ ਵੀ ਨੇ, ਇਹ ਜੀ ਆਪਣੇ ਇਸ ਟਾਈਮ ਮੌਜੂਦਾ ਮੈਂਬਰ, ਪਿੰਡ ਦੇ ਮੌਜੂਦਾ ਮੈਂਬਰ, ਕਿਉਂਕਿ ਸਰਪੰਚ ਸਾਹਿਬ ਨਹੀਂ ਆਏ ਤਾਂ ਇਹ ਵੀ ਅੱਜ ਸਾਡੇ ਭਾਅ ਦੇ ਉਹੀ ਸਰਪੰਚ ਨੇ ਕਿ ਜਿਨ੍ਹਾਂ ਦੇ ਅਸੀਂ ਰੂਬਰੂ ਹੋਏ ਹਾਂ, ਕਿ ਮੈਜਰ ਸਿੰਘ ਜੀ ਸਮੇਂ ਦੇ ਮੌਜੂਦਾ ਮੈਂਬਰ ਸਾਹਿਬ। ਹਾਂਜੀ, ਤੁਸੀਂ ਕਿੰਨੇ ਕੁ ਚਿਰ ਤੋਂ ਮੈਂਬਰ ਬਣੇ ਹੋ ਜੀ? 5 ਸਾਲਾਂ ਦੇ ਹੁੰਦਾ ਜੀ ਮੈਂਬਰ। 5 ਸਾਲਾਂ ਤੋਂ ਕਿੰਨਾ ਕੁ ਟਾਈਮ ਹੋ ਗਿਆ ਹੁਣ ਤੁਹਾਨੂੰ? ਬਸ 20 ਸਾਲ ਕਰ ਗਿਆ। ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ,
ਬਹੁਤ ਵਧੀਆ ਤੁਹਾਡਾ ਅਸੀਂ ਪਹਿਲਾਂ ਵੀ ਸੁਣਿਆ ਕਿਉਂਕਿ ਸਰਪੰਚ ਵੀ ਬਹੁਤ ਚੰਗਾ ਬੰਦਾ ਹੈ, ਚੰਗੇ ਇਨਸਾਨ ਉਹ, ਚੰਗੇ ਇਨਸਾਨਾਂ ਨੂੰ ਵੋਟਾਂ ਪੈਂਦੀਆਂ ਨੇ ਤੇ ਚੰਗੇ ਇਨਸਾਨ ਨੂੰ ਵਾਲਾ ਦੇਖ ਕੇ ਕਿਸੇ ਵੀ ਕੰਮ ਚ ਖੜਾਵੇ, ਮਾੜੇ ਨੂੰ ਨੀ ਖੜਾਉਂਦਾ। ਜੇ ਤੁਸੀਂ ਚੰਗੇ ਤੇ ਤਾਂ ਅਸਬਰ ਖਾਨ ਦੇ ਘਰ ਆਏ ਹੋ, ਜੇ ਤੁਹਾਨੂੰ ਸੱਦਿਆ ਗਿਆ ਕੌਣ ਜਾਂਦਾ ਵੀ ਨੀ, ਇੱਥੇ ਪਿੰਡ ਮੁਲਕ ਵਸਦਾ ਕਿਸੇ ਨੂੰ ਕੌਣ ਬਣਾਉਂਦਾ, ਕੋਈ ਨੀ ਬਣਾਉਂਦਾ। ਤੇ ਅਸੀਂ ਵੀ ਅੱਜ ਤੁਹਾਡੇ ਰੂਬਰੂ ਹੋਏ ਆ, ਦੜਬੇ ਤੋਂ ਚੱਲੇ ਆ, ਦੜਬੇ ਤੋਂ ਆ ਕੇ ਤੁਹਾਡੇ ਅਸੀਂ ਸਿਆਣੂ ਗਿਆ ਨੂੰ ਹੋਏ ਤੇ ਬਹੁਤ ਸਾਨੂੰ ਚਾ ਚੜਿਆ ਵੀ ਅਸਬਰ ਖਾਨ ਦੇ ਘਰੇ ਬੈਠੇ ਨੇ ਤੇ ਜਿਵੇਂ ਪੀਰਾਂ ਦੀ ਮਹਿਫਲ ਲੱਗੀ ਹੁੰਦੀ ਆਪਣੀ ਅੱਜ ਮਹਿਫਲ ਲੱਗੀ ਹੋਈ ਤੇ ਤੁਹਾਡਾ ਵੀ ਇਹਨਾਂ ਦੇ ਨਾਲ ਬਹੁਤ ਪਿਆਰ ਹੈ। ਮਿਲ ਕੇ ਕਿਉਂਕਿ ਭਾਈਆਂ ਦੀ ਤੌਰ ਇੱਕ ਭਾਂਡੇ ਖਾਧਾ ਇਹਨੂੰ ਕਹਿ ਦੇਣਾ ਵੀ ਭਾਈ ਘਰ ਤੇਰੇ ਹਵਾਲੇ ਜਿਹਦੇ ਕਿਤੇ ਜਾਣਾ ਕਹਿ ਦੇਣਾ ਭਾਈ ਘਰ ਤੇਰੇ ਹਵਾਲੇ ਉਸ ਤੋਂ ਬਾਅਦ ਕੀ ਕਰੂਗਾ ਜੀ। ਬਹੁਤ ਬਹੁਤ ਸ਼ੁਕਰੀਆ, ਇੱਜ਼ਤ ਦੇ ਸੀਨੀ ਆਪ ਸਭ ਤੋਂ ਬੜੀ ਇੱਜ਼ਤ ਹੈ, ਇੱਜ਼ਤ ਦੇ ਨਾਲ ਬੰਦਾ ਤਰਦਾ, ਬੇਇੱਜ਼ਤਾ ਬੰਦਾ ਨਹੀਂ ਤਰਦਾ। ਆਓ ਜੀ ਗਾਂ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ, ਤੁਸੀਂ ਅਸਬਰ ਖਾਨ ਦੇ ਬੇਟੇ ਹੋ ਜੀ? ਠੀਕ ਹੈ ਜੀ, ਕਾਰੋਬਾਰ ਤੁਹਾਡਾ ਵਧੀਆ ਬੱਕਰੀਆਂ ਚ? ਹੁਣ ਤੂੰ ਬੱਕਰੀਆਂ ਚਾਰਦਾ ਹੋਰ ਕੰਮ ਤਾਂ ਨੀ ਕਦੇ ਕੋਈ ਕਰਿਆ? ਤੈਨੂੰ ਚੰਗਾ ਲੱਗਿਆ ਕੰਮ ਇਹ? ਕੋਈ 2 ਰੁਪਏ ਬਣਦੇ ਨੇ ਤਿਉਂ ਅਸੀਂ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਵੀ ਜਦ ਅਸੀਂ ਗਰੀਬ ਇਨਸਾਨ ਬੱਕਰੀਆਂ ਚਾਰ ਸਕਦੇ ਹਾਂ, ਤੁਸੀਂ ਪੈਸੇ ਚੱਕੇ ਵਾਲੇ ਬੰਦੇ ਹੋ, ਅਫਸਰ ਲੋਕ ਹੋ, ਤੁਸੀਂ ਵੀ ਇੱਕ ਫਾਰਮ ਖੋਲ ਸਕਦੇ ਹੋ, ਸਾਡੇ ਵਰਗੇ ਕਿਸੇ ਗਰੀਬ ਨੂੰ ਨੌਕਰ ਰੱਖ ਸਕਦੇ ਹੋ, ਕਾਕਣ ਦਾ ਤਾਂ ਅਸੀਂ ਵੀ ਪਾਈ ਚੱਲਾਂਗੇ ਵੀ ਇੱਕ ਕੰਮ ਦੇ ਨਾਲ ਆਪਾਂ 2-2 ਕੰਮ ਚਲਾਈਏ ਤਾਂ ਘਰਾਂ ਦੇ ਪੂਰੇ ਪਾਈਏ। ਨਹੀਂ ਅੱਜ ਇਨਸਾਨ ਦਾ ਪੂਰਾ ਨਹੀਂ ਪੈਂਦਾ, ਗਦੀ ਵੀ ਲੱਦੀ ਹੈ ਤੇ ਗਦੀ ਦਾ ਬੱਚਾ ਵੀ ਲੱਦਦਾ ਹੈ, ਦੋਏ ਲੱਦ ਕੇ ਪਹਾੜੀਆਂ ਤੇ ਚੜਦੇ ਨੇ ਤਾਂ ਵੀ ਪੂਰਾ ਨੀ ਪੈਂਦਾ। 6 ਸਾਲ ਕੰਮ ਕਰਿਆ ਜੀ ਫੈਕਟਰੀ। ਅੱਛਾ ਜੀ, 6 ਸਾਲ ਫੈਕਟਰੀ ਚ ਕੰਮ ਕਰਿਆ, ਉਹ ਫੈਕਟਰੀ ਦੇ ਕੰਮ ਤੋਂ ਇਹ ਕੰਮ ਚੰਗਾ ਲੱਗਿਆ? ਕਿਉਂਕਿ ਅੱਧੀ ਰਾਤ ਦਾ ਕਹਿਣਾ ਜੀ ਅੱਜ ਆਪਾਂ ਭੁੱਖੇ ਮਰਦੇ ਹਾਂ, ਕਿਉਂਕਿ ਤੜਕੀ ਨੂੰ ਇੱਕ ਪਸ਼ੂ ਵੇਚ ਕੇ ਆਪਾਂ ਦਾਣੇ ਖਾ ਲਾਂਗੇ, ਕਿਸੇ ਦੇ ਹੱਥਾਂ ਕੰਨੀ ਨੀ ਝਾਕਣਾ ਲੱਗਦਾ। ਮੈਂ ਇਸ ਡੰਗਰ ਛੇਤੀ ਨੀ ਵਿਕਦਾ, ਇਹਨਾਂ ਨੂੰ ਟੋਕਰੀ ਵਾਲਾ ਤੜਕੀ ਨੂੰ ਤਿਆਰ ਰਹਿੰਦਾ ਵੀ ਮਹਿੰਗਾ ਸਸਤਾ 2 ਰੁਪਈਏ ਸਾਨੂੰ ਦੇ ਰਹੀ, ਤੂੰ ਤੇਰੇ ਦਾਣੇ ਪਾ ਲੈ ਢੋਲ ਚ ਭਾਈ, ਭੁੱਖੇ ਨਾ ਮਾਰ ਜਵਾਬ। ਕਿਉਂਕਿ ਗੱਲਾਂ ਹੋਰ ਵੀ ਨੇ ਬੱਕਰੀ ਦੀ ਜਾਤ ਦੀਆਂ, ਇਹ ਕਹਿੰਦੀ ਹੈ ਜੇ ਮੈਂ ਬੁੜੀ ਠੇਰੀ ਹੋ ਗਈ, ਡਿੱਗਦੀ ਪੈਂਦੀ ਤੇਰੇ ਗੈਰ ਗੈਰ ਤੁਰੀ ਫਿਰਦੀਆਂ, ਜੇ ਮੈਂ ਕਿਸੇ ਟੋਏ ਚ ਡਿੱਗਤੀ ਤਾਂ ਮੇਰੀ ਗੌਰ ਕਰਨੀ ਤੂੰ ਪਾਲੀਆ, ਮੈਂ ਤੈਨੂੰ ਡਿੱਗਦੀ ਡਿੱਗਦੀ ਵੀ 2 ਰੁਪਈਏ ਦੇ ਜੂੰਗੀ, ਇਹ 2 ਰੁਪਈਏ ਤਾਂ ਵੀ ਡਿੱਗਦੀ ਡਿੱਗਦੀ ਦਿੰਦੀ ਹੈ, ਹੋਰ ਪਸ਼ੂ ਨੀ ਦਿੰਦਾ, ਹੋਰ ਪਸ਼ੂ ਆਪਾਂ ਨੂੰ ਪੈਸੇ ਦੇ ਕੇ ਤਾਂ ਉਹ ਟੋਆ ਪਟਾ ਕੇ ਦਬਾਉਣਾ ਪਊਗਾ ਜਾਂ ਕਿਸੇ ਨੂੰ ਚੁਕਾਉਣਾ ਪਊਗਾ। ਆਓ ਜੀ ਗਾਂ। ਸਤਿ ਸ੍ਰੀ ਅਕਾਲ ਸਰਦਾਰ ਸਾਹਿਬ, ਤੁਸੀਂ ਲੀਲਾ ਸਿੰਘ ਨੂੰ ਕਿੰਨੇ ਚਿਰਾਂ ਤੋਂ ਜਾਣਦੇ ਜੀ? ਸਾਨੂੰ ਹੋ ਗਿਆ ਜੀ ਕਾਫੀ ਛੋਟੇ ਹੁੰਦੇ ਜਾਣਦੇ ਜੀ। ਅੱਛਾ, ਤੁਹਾਡੇ ਬਜ਼ੁਰਗਾਂ ਨਾਲ ਪੀੜੀਆਂ ਤੋਂ ਚੱਲੇ ਆ ਰਹੇ? ਪੀੜੀਆਂ ਤੋਂ ਚੱਲੇ ਆ ਰਹੇ, ਕਿਉਂਕਿ ਜੇ ਚੰਗੇ ਇਨਸਾਨ ਨੇ ਤਾਂ ਹੀ ਤੁਸੀਂ ਬੈਠੇ ਹੋ, ਚੰਗੇ ਇਨਸਾਨ ਦਾ ਸਾਥ ਹਰ ਕੋਈ ਦਿੰਦਾ, ਮਾੜੇ ਇਨਸਾਨ ਦਾ ਸਾਥ ਕੋਈ ਨਹੀਂ ਦਿੰਦਾ। ਹਾਂ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ, ਅੱਜ ਲੀਲਾ ਖਾਨ ਦੇ ਘਰੇ ਬੈਠੇ ਹੋ, ਜੇ ਮਹਿਫਲ ਲੱਗੀ ਮਹਿਫਲਾਂ ਲੱਗੀਆਂ ਰਹਿਣ, ਮਹਿਫਲਾਂ ਨੂੰ 4 ਚੰਦ ਲੱਗੇ ਰਹਿਣ। ਕਿਉਂ ਜੀ, ਤੁਸੀਂ ਗੁੜੀਆ ਲੀਲਾ ਸਿੰਘ ਦੀ ਪੋਤੀ ਹੈ ਤੂੰ? ਅੱਛਾ, ਤੇਰਾ ਦਾਦਾ ਜੀ ਬਹੁਤ ਵਧੀਆ ਬੰਦਾ, ਤੂੰ ਪੋਤਾ ਲੀਲਾ ਸਿੰਘ ਦਾ ਪੋਤਾ? ਆ ਤੇਰੇ ਡੈਡੀ ਜੀ ਨੇ, ਉਹ ਵੀ ਤੇਰੇ ਦਾਦਾ ਜੀ ਨੇ ਸਾਰੇ? ਵਾਹ ਜੀ ਵਾਹ, ਖੜੇ ਹੋ ਤੁਸੀਂ, ਫੋਟੋ ਕਰਾਓ। ਆ ਗਿਆ ਬੇਟੇ, ਦੇਖੋ ਜੀ ਇਹਨਾਂ ਦੇ
ਬਾਈ ਦੇ ਮੁੰਡੇ ਨੇ ਤੇ ਕੁੜੀ ਹੈ ਤੇ ਉਹਨਾਂ ਦੇ ਰੀਡਾ ਜੀ ਦੇ ਪੋਤਾ ਪੋਤੀ, ਇਹਨਾਂ ਨੂੰ ਕਿੰਨਾ ਚਾਅ ਚੜਿਆ ਵੀ ਸਾਡੇ ਘਰ ਵੀਡੀਓ ਬਣਾਉਣ ਆਏ ਨੇ ਤੇ ਮਹਿਫਲ ਲੱਗੀ ਬੈਠੀ ਹੈ, ਬੱਕਰੀਆਂ ਦੇ ਬਾੜੇ ਦੇ ਵਿੱਚ ਖੜੇ ਨੇ, ਛੋਟੇ ਛੋਟੇ ਬੱਚਿਆਂ ਨੂੰ ਵੀ ਚਾਅ ਹੈ ਬੱਕਰੀਆਂ ਦਾ ਤੇ ਅੱਜ ਸਕੂਲ ਦੀ ਛੁੱਟੀ ਮਾਰ ਲਈ ਨਹੀਂ ਤਾਂ ਪੜ੍ਹਨ ਜਾਂਦੇ ਨੇ, ਬਿਜੀ ਰਹਿੰਦੇ ਨੇ, ਬਹੁਤ ਸੋਹਣੇ ਬੱਚੇ ਨੇ ਕਿਉਂਕਿ ਇਹਨਾਂ ਨੂੰ ਸ਼ੌਂਕ ਪੈਦਾ ਮੇਲਿਆਂ ਤੇ ਨਾ ਜਾਂਦੇ ਨੇ ਵੀਡੀਓ ਕਰਾਉਂਦੇ ਨੇ ਕਿਉਂਕਿ ਬਹੁਤ ਸੁੰਦਰ ਬੱਚੇ ਨੇ, ਸੋਹਣੇ ਨੇ, ਇਹਨਾਂ ਨੂੰ ਧਰਤੀ ਭਾਗ ਲਾਵੇ ਮਹਾਰਾਜ, ਇਹਨਾਂ ਨੂੰ ਮੇਰੇ ਨਾਂ ਦੀ ਵੀ ਦੋ ਦੋ ਸਾਲ ਉਮਰ ਲੱਗ ਜੇ ਮਹਾਰਾਜ, ਇਹਨਾਂ ਨੂੰ ਪੜ੍ਹਾ ਲਿਖਿਆ ਕਿ ਕੁੜੀ ਨੂੰ ਜੱਜ ਲਾ ਦੇ ਤੇ ਮੁੰਡੇ ਨੂੰ ਵਕੀਲ ਲਾ ਦੇ, ਮੇਰੀ ਇਹ ਦੁਆ ਹੈ ਪਰਮਾਤਮਾ ਵੱਲੋਂ, ਚੰਗੀ ਪੜ੍ਹਾਈ ਕਰਨ, ਚੰਗੇ ਕੰਮ ਕਰਨ ਤੇ ਇੱਜ਼ਤ ਮਾਨ ਦੇ ਨਾਲ ਵਸਣਾ ਵਦੇ ਘਰੇ। ਸ਼ਾਬਾਸ਼ ਬਹਿ ਜਾਓ ਬੇਟੀ, ਲੈ ਜੀ ਹੁਣ ਆਹ ਕੁਰਸੀਆਂ ਤੇ, ਖੇਤੀ ਪੱਤੀ ਵੀ ਕਰਦੇ ਹੋ ਨਾਲ? ਅੱਛਾ, ਉਹ ਜਿਹੜੀਆਂ ਡੱਬਿਆਂ ਚ ਮੱਖੀਆਂ ਹੁੰਦੀਆਂ ਨੇ ਮਧੂ ਮੱਖੀਆਂ, ਮੱਖੀਆਂ ਵਾਲੀਆਂ, ਕਿੰਨੇ ਡੱਬੇ ਰੱਖੇ ਨੇ ਜੀ? 1000 ਡੱਬਾ। ਉਹਨਾਂ ਤੇ ਲੇਬਰ ਕਿੰਨੀ ਹੈ ਜੀ? 6 ਬੰਦੇ ਲੇਬਰ ਰੱਖੇ ਨੇ ਤੇ ਨਾਲ ਖੇਤੀ ਦਾ ਧੰਦਾ ਵੀ ਕਰਦੇ ਹੋ ਤੇ ਟਰੈਕਟਰ ਟਰਾਲੀ ਮੱਝਾਂ ਗਾਈਆਂ ਸਭ ਕੁਛ ਨੇ ਤੁਹਾਡੇ ਕੋਲ, ਬੇਟਾ ਬੇਟੀ ਪੜ੍ਹਦੇ ਨੇ, ਮੁੰਡੇ ਕੁੜੀਆਂ ਸਭ ਸੈੱਟ ਹੈ ਕੰਮ, ਸੈੱਟ ਹੈ ਜੀ ਕੰਮ, ਸ਼ੁਕਰ ਹੈ ਮਾਲਕ ਦਾ, ਸ਼ੁਕਰੀਆ ਜੇ ਧੰਨਵਾਦ ਹੈ, ਜੇ ਸ਼ੁਕਰ ਹੈ ਤਾਂ ਆਪਾਂ ਜੁਰੇ ਬੈਠੇ ਹਾਂ, ਮਾਲਕ ਦੁੱਖ ਦੀ ਘੜੀ ਨਾ ਕਿਸੇ ਨੂੰ ਲੈ ਕੇ ਆਵੇ, ਸਭ ਦੀਆਂ ਘੜੀਆਂ ਸੁੱਖ ਦੀਆਂ ਲੈ ਕੇ ਆਵੇ। ਤੇ ਮਧੂ ਮੱਖੀਆਂ ਚੋਂ ਕਿੰਨੀ ਕੁ ਪੈਦਾ ਹੁੰਦੀ ਹੈ ਜੀ? ਪੈਦਾ ਤਾਂ ਇਹਦਾ ਕੋਈ ਲਿਮਿਟ ਤਾਂ ਹੈ ਨਹੀਂ, ਖੈਰ ਮੈਂ ਆਪਾਂ ਇਹਨੇ ਕਹਿੰਦੇ ਅੱਛਾ ਵੀ ਆਪਾਂ ਕਹਿੰਦੇ ਵੀ ਕੋਈ ਲਿਮਿਟ ਆ, ਦੇਣ ਨੂੰ ਦੇਣ ਵੀ ਬਹੁਤ ਕੁਝ ਦਿੰਦੀ ਆ, ਲੈ ਕੇ ਜਾਣੇ ਲੈ ਬਹੁਤ, ਐਸਾ ਹੈ ਕਿ ਮੇਰਾ ਮਤਲਬ ਇਹ ਹੈ ਉਹਦੇ ਹੱਥ ਹੈ ਜੀ, ਮੱਖੀਆਂ ਤਿਆਈਆਂ ਰਹਿ ਜਾਣ ਤਾਂ ਮਧੂ ਮੱਖੀਆਂ ਮਰਦੀ ਜਾਂਦੀਆਂ ਨੇ ਸਾਰਾ ਕੁਝ ਉਹਦਾ, ਜੇ ਮਧੂ ਮੱਖੀਆਂ ਨੂੰ ਆਪਾਂ ਚੰਗੀ ਖੰਡ ਪਾਵਾਂਗੇ, ਚੰਗੀ ਚੀਨੀ ਪਾਵਾਂਗੇ, ਚੰਗੀ ਖੁਰਾਕ ਪਾਵਾਂਗੇ, ਚੰਗੀ ਫੁੱਲਾਂ ਦੀ ਬਹਾਰ ਦੇ ਵਿੱਚ ਡੱਬੇ ਰੱਖਾਂਗੇ, ਇਹਦੇ ਵਿੱਚ ਪਤਾ ਕੀ ਹੈ ਜੀ, ਇੱਕ ਮੌਸਮ, ਇੱਕ ਮਾਲਕ, ਕੁਦਰਤ, ਇੰਨੇ ਚਾਰੇ ਜੱਗ ਜਾਉਂਦੇ ਹੋਣ ਤਾਂ ਮੱਖੀ ਜਾਉਂਦੀ ਹੈ, ਤਾਂ ਬੱਲੇ 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 ਬੱਲੇ, ਕਿਉਂਕਿ ਜੀ ਚਾਰੇ ਜੱਗ ਜਾਉਂਦੇ ਹੋਣ ਤੇ ਤਾਂ ਬੱਲੇ ਬੱਲੇ ਆ, ਉਹਦੀ ਨਿਗਾਹ ਸਿੱਧੀ ਚਾਹੀਦੀ, ਉਹਦੀ ਨਿਗਾਹ ਹਾਂ, ਤੇ 1000 ਮੱਖੀ ਉੱਤੇ ਤੇ ਥੱਲੇ ਆ, ਸਰਦਾਰ ਮੈਜਰ ਸਿੰਘ ਦੀ ਅੱਜ ਮਧੂ ਮੱਖੀਆਂ ਦੇ ਨਾਲ, ਕਿਉਂਕਿ ਪਿੰਡ ਰਾਮਗੜ੍ਹ ਸਰਦਾਰਾਂ ਦੇ ਵਿੱਚ ਬੱਲੇ ਬੱਲੇ ਹੈ ਜੀ, ਬੱਲੇ ਬੱਲੇ ਐਸੀ ਕੋਈ ਦੋ ਰਹਿ ਨਹੀਂ, ਦੋ ਬੱਲੇ। ਸ਼ੁਕਰੀਆ ਮਾਲਕੋ, ਤੁਸੀਂ ਮੱਖੀਆਂ ਪਾਲਦੇ ਹੋ, ਮੱਖੀਆਂ ਦਾ ਪੁੰਨ ਕਰਦੇ ਹੋ, ਹਰੇਕ ਇਨਸਾਨ ਐਡਾ ਪੁੰਨ ਨਹੀਂ ਕਰ ਸਕਦਾ, ਦੇਣ ਦਵਾਉਣ ਤਾਂ ਮਾਲਕ ਨੇ ਦੇਣੀ ਹੈ, ਰੋਟੀ ਕੀ ਪਤਲੀ ਕੀ ਮੋਟੀ, ਮੋਟੀ ਸਹੀ ਗੱਲ ਹੈ, ਕਹਿੰਦਾ ਹੋਵੇਗਾ ਤਕੜਾ ਜੇ ਚੁੰਗੇਗਾ ਝੋਟੀ, ਸਹੀ ਗੱਲ ਹੈ। ਸ਼ੁਕਰ ਮਾਲਕੋ ਤੁਹਾਡਾ ਬਹੁਤ ਬਹੁਤ ਧੰਨਵਾਦ, ਆਪਣੇ ਲੀਲਾ ਖਾਨ ਦੇ ਘਰ ਪਹੁੰਚੇ, ਮਹਿਫਲ ਲਾਈ, ਮਹਿਫਲ ਸਜਾਈ, ਮਹਿਫਲ ਦੇ ਨਾਲ ਗੱਲਾਂ ਬਾਤਾਂ ਹੋਈਆਂ, ਅਸੀਂ ਤੁਹਾਡੇ ਰੂਬਰੂ ਹੋਏ ਤੇ ਸਿਆਣ ਗਿਆਨ ਹੋਈ, ਧੰਨਵਾਦ। ਤੇ ਮੈਂ ਗਰੀਬ ਨਿਵਾਣਾ ਜਾਂ ਅਨਪੜ੍ਹ ਬੰਦਾ, ਅਨਪੜ੍ਹ ਬੰਦੇ ਦੀ, ਕਿਉਂਕਿ ਗਰੀਬ ਨਿਵਾਜ ਦੀ ਹਾਜ਼ਰੀ ਮਨਜ਼ੂਰ ਕਰਿਓ, ਬੋਲਾ ਜਿਹਾ ਬੰਦਾ ਇੱਕ ਦਿਨ ਵੀ ਮੈਂ ਜਮਾਤ ਨਹੀਂ ਕਰੀ, ਧੰਨਵਾਦ ਕਰੀਏ, ਸ਼ੁਕਰ ਮਾਲਕੋ ਤੁਹਾਡਾ ਨਾਲ, ਸ਼ੁਕਰ ਤੁਹਾਡੇ ਬਸ ਚਰਨਾਂ ਦੀ ਧੂੜਾਂ, ਅਸੀਂ ਤੁਹਾਡੇ ਸੇਵਾਦਾਰ ਹਾਂ, ਅਸੀਂ ਸਾਨੂੰ ਬਹੁਤ ਇੰਨਾ ਹੀ ਆਸਰਾ ਹੈ ਕਿਉਂਕਿ ਤੁਹਾਡੇ ਪਿੰਡ ਆ ਗਏ, ਸਾਡੇ ਤੇ ਠੰਡੀਆਂ ਛਾਵਾਂ ਪੂਰੇ ਦੰਦ 8 ਦੰਦ ਪਲੱਸ ਹੈ ਜੀ, ਬਹੁਤ ਲੰਬੀ ਹੀਟ ਦੀ ਬੱਕਰੀ ਆਪਕੋ ਮੈਂ ਦਿਖਾ ਰਹਾ ਹੂੰ, ਦੇਖੋ ਜੀ ਬਹੁਤ ਅੱਛੀ ਕੁਆਲਿਟੀ ਬੱਕਰੀ ਹੈ, ਆਪ ਦੇਖ ਸਕਦੇ ਹੋ ਨਾ, ਜੋ ਇਹ ਵੀਡੀਓ ਵਾਇਰਲ ਕਰਕੇ ਭੇਜਣੀ ਹੈ ਕੈਨੇਡਾ, ਅਮਰੀਕਾ, ਕੇਰਲਾ, ਬੰਬਾ, ਪੂਨਾ, ਸਤਾਰਾ, ਸਾਰੇ ਮੁਲਕੋਂ ਵਿੱਚ ਪਹੁੰਚਾਈ ਜਾਏਗੀ।
ਬਹੁਤ ਅੱਛੀ ਕੁਆਲਿਟੀ ਦੀ ਬੱਕਰੀ ਕਿੱਥੋਂ ਲੈ ਕੇ ਆਈ ਜੀ? ਕੇਲੋ ਤੋਂ ਲੈ ਕੇ ਆਉਂਦੇ ਜੀ। ਹਾਂਜੀ, ਸਮਾਣੀਕੋਟ ਤੋਂ ਕੇਲੋ ਤੋਂ। ਮੇਰਾ ਕਹਿੰਦੇ ਜੀ ਪੱਕੀ ਲੋਹੀ ਬੜੀ ਚੌਂਕਣੀ ਬਰੀਕ ਲੋਈ ਦੀ, ਸਿੰਗੀ ਦੇਖ ਸਕਦੇ ਹੋ ਬਹੁਤ ਅੱਛੀ ਕੁਆਲਿਟੀ ਦੀ ਸਿੰਗੀ ਹੈ। ਤੇ ਗਰਦਨ ਵੀ ਇਸਕੀ ਮੇਰਾ ਖਿਆਲ 2-4 ਗਿੱਠੋਂ ਕੀ ਲੰਬੀ ਗਰਦਨ ਹੈ, ਜਿਸਕੋ ਦੌਣ ਬੋਲਤੇ ਹੈ। ਜੋ ਬੰਦੇ ਹੈ ਦੂਰ ਦੂਰ ਕੇ ਹਿੰਦੀ ਸਮਝਦੇ ਉਹਨਾਂ ਕੋ ਹਿੰਦੀ ਮੈਂ ਸਮਝਾਏਗੀ, ਪੰਜਾਬੀ ਬੰਦੇ ਕੋ ਪੰਜਾਬੀ ਮੈਂ ਸਮਝਾਏਗੀ। ਕਰੋਸਿੰਗ ਹੈ ਜੀ, ਡੇਢ ਮਹੀਨੇ ਕੀ ਆਪ ਦੇਖ ਸਕਦੇ ਹੋ ਕਰੋਸਿੰਗ ਹੈ ਬੱਕਰੀ, ਬਹੁਤ ਕੁਆਲਿਟੀਦਾਰ ਬੱਕਰੀ ਹੈ ਭਾਈ ਲੀਲਾ ਕੇ ਘਰ ਨੇ ਜੋ ਰੱਖੀ ਹੋਈ ਹੈ, ਰਾਮਗੜ੍ਹ ਸਰਦਾਰਾ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ, ਲੁਧਿਆਣਾ ਜ਼ਿਲ੍ਹਾ ਮਲੇਰਕੋਟਲੇ ਜ਼ਿਲ੍ਹੇ ਚੋਂ ਆਈ ਹੋਈ ਹੈ, ਲੁਧਿਆਣਾ ਜ਼ਿਲ੍ਹਾ ਪਿੰਡ ਰਾਮਗੜ੍ਹ ਸਰਦਾਰਾ। ਬਹੁਤ ਅੱਛੀ ਕੁਆਲਿਟੀ ਦੀ ਵੀਡੀਓ ਦੇਖੋ ਜੀ, ਦੁਬਾਰਾ ਵੀ ਬਣਾਉਂਦੇ ਹਾਂ। ਬੱਕਰੀ ਬਹੁਤ ਸੁੰਦਰ ਹੈ, ਇਹ ਸੇਲ ਵੀ ਹੈ ਜੀ, ਜੇ ਅਗਰ ਕੋਈ ਪੁੱਛੇ ਤਾਂ ਤੁਸੀਂ ਵੇਚਣਾ ਚਾਹੁੰਦੇ ਹੋ? ਵੇਚ ਵੀ ਦੇਣਗੇ ਜੀ, ਜੇ ਕੋਈ ਆਪਣੇ। ਆਹ ਦਿਖਾਓ ਜੀ, ਇਹ ਵੀ ਬਾਈ ਦੀ ਬੱਕਰੀ ਬਹੁਤ ਭਾਰੀ ਹੈ, ਤਕੜੀ ਬੱਕਰੀ ਆਪ ਦੇਖ ਸਕਦੇ ਹੋ ਕਿ ਬੈਠ ਅੱਖ ਦੀ ਬਹੁਤ ਸੋਹਣੀ ਸਿੰਗੀ। ਤੇ ਮੇਰਾ ਖਿਆਲ ਜੀ ਡੇਢ ਮਹੀਨਾ ਰਹਿ ਗਿਆ ਸੂਣ ਦਾ, ਮਹੀਨਾ ਹੀ ਹੈ ਜੀ, ਮਹੀਨਾ ਬਹੁਤ ਭਾਰੀ ਬੱਕਰੀ ਆਪ ਦੇਖ ਸਕਦੇ ਹੋ। ਚੰਗੀ ਤਰ੍ਹਾਂ ਮਨਾਓ ਜੀ ਪੈਦਰਾ। ਚੰਗੀ ਤਰ੍ਹਾਂ ਲਾਓ ਜੀ ਕੈਮਰਾ, ਵਧੀਆ ਕੁਆਲਿਟੀ ਦੀਆਂ ਬੱਕਰੀਆਂ ਦੀ, ਕਿਉਂਕਿ ਤੇਰਾ ਕੋਈ ਫਾਇਦਾ ਹੋ ਬਾਅਦ। ਠੀਕ ਆ ਠੀਕ ਆ, ਮੈਂ ਦੰਦ ਦਿਖਾ ਦਾਂਗੀ ਉਹਨਾਂ ਦਾ। ਲਓ ਜੀ ਦੰਦ ਦੇਖ ਸਕਦੇ ਹੋ ਆਪ, ਅੱਗੇ ਆਓ ਅੱਗੇ ਅੱਗੇ। ਲਓ ਜੀ 8 ਦੰਦ ਪਲੱਸ, ਬਹੁਤ ਕੁਆਲਿਟੀਦਾਰ ਬੱਕਰੀ ਜਾਂਦੀ ਦੀ ਬਣਾ ਲਓ। ਦੇਖੋ ਜੀ ਆਪ ਦੇਖ ਸਕਦੇ ਹੋ ਕਿੰਨੀ ਉੱਚੀ ਭਾਰੀ ਬੱਕਰੀ ਹੈ, ਬਹੁਤ ਕੁਆਲਿਟੀਦਾਰ ਬੱਕਰੀ ਹੈ, ਭਾਰੀ ਆਰਡਰ ਉਰਡਰ ਦੇਖ ਸਕਦੇ ਹੋ, ਸਹੀ ਹੈ। ਲਿਆਓ ਜੀ ਜੋੜੀਆਂ ਮਲਾਵਲਾ ਰੱਖੀ ਹੋਈਆਂ ਜੀ, ਪੂਰੀ ਜੋੜੀ ਵਧੀਆ ਜੀ, ਪੂਰੀ ਲੱਖ ਰੁਪਏ ਦੀ ਜੋੜੀ ਹੈ ਜੀ। ਇਹ ਦੇਖ ਸਕਦੇ ਹੋ ਜੀ ਨਾਗਰੀ ਬੀਟਲ, ਜਿਹਨੂੰ ਕਿ ਨਾਗਰੀ ਬੀਟਲ ਕਹਿੰਦੇ ਨੇ, ਲਾਲ ਬੈਟ ਅੱਖ ਚ, ਵਧੀਆ ਕੁਆਲਿਟੀ ਦੀ, ਬਹੁਤ ਲੰਬੀ ਬੱਕਰੀ ਹੈ। ਤੁਸੀਂ ਥੋੜਾ ਜਿਹਾ ਜਾਓ ਇਹਨਾਂ ਨੂੰ ਆਪਾਂ ਜੀ ਇੱਥੋਂ ਨਾ ਨਾ ਕਰਨਗੇ ਪ੍ਰੋਗਰਾਮ ਤੋਂ ਐਕਟ ਕਿਆ ਕਰਦਾ ਮੈਂ ਗੱਲ ਕਰ। ਦੇਖੋ ਜੀ ਹਾਂ ਸੂਈ ਨੂੰ ਬਹੁਤ ਵਧੀਆ ਕੁਆਲਿਟੀਦਾਰ ਬੱਕਰੀ ਹੈ, ਲਾ ਦੋ ਜੀ ਚਲੋ ਛੱਡ ਦੋ ਉਹ ਬੱਕਰੀ ਹੋ। ਲਓ ਜੀ ਦੇਖ ਸਕਦੇ ਹੋ ਬਹੁਤ ਵਧੀਆ ਉਹਦੇ ਨਾਲ ਦੀ ਜੋੜੀਦਾਰ ਨਾਗਰੀ ਬੀਟਲ ਪਿਓਰ, ਦੰਦ ਵੀ ਦੇਖ ਸਕਦੇ 8 ਦੰਦ ਪਲੈਸ ਹੈ, ਤੇ ਵਧੀਆ ਥਣ ਚੱਡਾ ਕਰੋਸਿੰਗ ਹੈ ਜੀ, ਇਹ ਵੀ ਕਰੋਸਿੰਗ ਹੈ ਜੀ, ਸੂਣ ਵਾਲੀ ਹੈ 10-20 ਦਿਨਾਂ ਨੂੰ ਬਸ ਇੱਕ ਦੋ ਹਾਂ ਬੱਕਰੀਆਂ ਲਈ ਹੁਣ ਤਕੜੀਆਂ ਹੋਰ ਨਾ ਜੀ, ਵੀਡੀਓ ਵੱਡੀ ਬਣ ਗਈ। ਆਹ ਦੇਖ ਸਕਦੇ ਜੀ ਤੁਸੀਂ ਜੀ ਕਾਲੀ ਡੱਬੀ ਬੱਕਰੀ ਤੇ ਇੱਕ ਨਾਭੀ ਡੱਬੀ ਬੱਕਰੀ, ਵਧੀਆ ਸਿੰਗੀ ਦੀਆਂ ਵਧੀਆ ਕੁਆਲਿਟੀਦਾਰ ਕਰੋਸਿੰਗ ਨੇ 2-2 ਮਹੀਨਿਆਂ ਦੀਆਂ।
ਤੇ ਆਹ ਵੀ ਨਹੀਂ ਹੈ ਜੀ 6 ਦੰਦ ਬੱਕਰੀ, ਵਧੀਆ ਕੁਆਲਿਟੀ ਦਾਰ ਨੇ ਤੇ ਵੱਡਾ ਬੂਖ ਲਿਆ ਬਈ ਫੜ ਕੇ ਮੇਰਾ ਖਿਆਲ ਜੀ ਉਚਾਈ ਹੋਣਾ 43 ਇੰਚ ਬਈ, 43 ਇੰਚ ਬੱਕਰਾ ਜੀ ਉੱਚਾ 40 ਤੇ 3 ਤੇ ਜੋ ਲਬੇਟ ਹੈ ਬੱਕਰੇ ਦੀ ਮੇਰਾ ਖਿਆਲ ਹੈ ਜੀ 5 ਫੁੱਟ ਹੋਣੀ, ਪੂੰਛ ਤੋਂ ਲੈ ਕੇ ਮੱਥੇ ਤੱਕ ਨੱਕ ਤੱਕ 5 ਫੁੱਟ ਲਵੇਟ ਬੱਕਰਾ, ਬਹੁਤ ਲੰਬਾ ਕੁਆਲਿਟੀਦਾਰ ਬੱਚਾ। ਦੰਦ ਕਿਆ ਹੋ ਗਿਆ ਜੀ? ਇਹ ਵੀ 6 ਲੈ ਜੀ, 6 ਦੰਦ ਬੱਕਰਾ ਜੀ, ਪਿਓਰ 6 ਦੰਦ ਪਿਓਰ ਚ ਜਮਾ ਅਸਲੀ, ਬਹੁਤ ਕੁਆਲਿਟੀ ਦਾ ਸਾਨ ਹੈ ਜੀ ਬੱਕਰਾ ਰੱਖਿਆ ਹੋਇਆ ਲੀਲਾ ਖਾਨ ਦਾ, ਦੇਖ ਸਕਦੇ ਹੋ ਵੀਡੀਓ ਵਧੀਆ ਬਣਾ ਦਿੰਦਾ। ਲੈ ਜਾ ਕੇ ਕਹਿੰਦੇ ਘੁਮਾ ਕੇ ਲੈ ਜਾ ਲੈ ਜਾ ਜੀ। ਬੱਕਰੀਆਂ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ, ਸਾਰੀਆਂ ਇੱਕ ਤੋਂ ਇੱਕ ਵਧੀਆ ਤੋਂ ਵਧੀਆ ਬੱਕਰੀਆਂ ਨੇ ਤੇ ਰਾਮਗੜ੍ਹ ਸਰਦਾਰਾਂ ਜ਼ਿਲ੍ਹਾ ਲੁਧਿਆਣਾ ਤੇ ਸਾਰੇ ਕਲਰਾਂ 'ਚ ਬੱਕਰੀ ਮਿਲਣਗੀਆਂ, ਮਲਟੀ ਕਲਰ ਬੱਕਰੀਆਂ ਨੇ ਤੇ ਸੂਣ 'ਤੇ ਤਿਆਰ ਨੇ ਬੱਕਰੀਆਂ ਤੇ ਤੁਸੀਂ ਦੇਖ ਸਕਦੇ ਹੋ ਬਾਈ ਸੇਲ ਵੀ ਕਰ ਦਿੰਦੇ ਨੇ ਅਤੇ ਪਰਚੇਜ਼ ਸੇਲ ਪਰਚੇਜ਼ ਦਾ ਕੰਮ ਕਰਦੇ ਨੇ ਅਤੇ ਬੱਚੇ ਵੀ ਬਥੇਰੇ ਮਿਲ ਜਾਂਦੇ ਨੇ ਬਾਈਆਂ ਕੋਲੋਂ ਅਤੇ ਬੱਕਰੀਆਂ ਲੈਣ ਲਈ ਸਰਪੰਕ ਜ਼ਰੂਰ ਕਰ ਸਕਦੇ ਹੋ ਬਾਈਆਂ ਨਾਲ ਅਤੇ ਨੰਬਰ ਸਕਰੀਨ ਦੇ ਨੀਚੇ ਦਿੱਤਾ ਹੋਇਆ ਅਤੇ ਜ਼ਰੂਰ ਕੰਟੈਕਟ ਕਰਿਓ ਬਾਈਆਂ ਨਾਲ ਅਤੇ ਜਾਨਵਰ ਬਹੁਤ ਹੀ ਸੋਹਣੇ ਨੇ ਸਾਰੇ ਬਾਈਆਂ ਦੇ ਅਤੇ ਦੇਖ ਸਕਦੇ ਹੋ ਤੁਸੀਂ ਸਾਰੇ ਕਲਰਾਂ ਦੇ ਵਿੱਚ ਬੱਕਰੀਆਂ ਮਿਲ ਜਾਣਗੀਆਂ ਅਤੇ ਚੀਨੇ ਸ਼ੇਰੇ ਲਾਲ ਡੱਬੀਆਂ ਲੋਈਆਂ ਕਾਲੀਆਂ ਭੂਰੀਆਂ ਸ਼ੇਰੀਆਂ ਸਾਰੇ ਕਲਰਾਂ ਦੇ ਵਿੱਚ ਬੱਕਰੀਆਂ ਨੇ ਅਤੇ ਬਹੁਤ ਹੀ ਸੋਹਣੀ ਨਸਲ ਹੈ ਬਾਈਆਂ ਦੀ, ਵਧੀਆ ਦੇਖ ਸਕਦੇ ਹੋ ਤੁਸੀਂ ਅਤੇ ਬੱਚੇ ਵੀ ਮਿਲ ਜਾਣਗੇ ਬੱਕਰੀਆਂ ਵੀ ਅਤੇ ਜਿਹੜਾ ਮਰਜ਼ੀ ਚੀਜ਼ ਲੈ ਸਕਦੇ ਹੋ ਬਾਈਆਂ ਕੋਲੋਂ, ਵਧੀਆ ਨਸਲ ਦੀਆਂ ਬੱਕਰੀਆਂ ਨੇ, ਘਰ ਦੀਆਂ ਬੱਚੀਆਂ ਪਾਲੀਆਂ ਹੋਈਆਂ ਨੇ ਅਤੇ ਬੱਕਰੀਆਂ ਸੋਹਣੀਆਂ ਬਣਾਈਆਂ ਹੋਈਆਂ ਨੇ ਅਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਨਾ ਕਰਨਾ ਭੁੱਲਿਆ ਕਰੋ ਅਤੇ ਬੈੱਲ ਆਈਕਨ ਵਾਲੀ ਘੰਟੀ ਜ਼ਰੂਰ ਦਬਾ ਦਿਆ ਕਰੋ ਤਾਂ ਜੋ ਨਵੀਆਂ ਨਵੀਆਂ ਵੀਡੀਓ ਜਿਹੜੀਆਂ ਆਪਾਂ ਰੋਜ਼ ਪਾਉਂਦੇ ਹਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਅਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਵੇਂ ਦੀ ਲੱਗੀ ਅਤੇ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਆ ਕਰੋ ਜੀ ਅਤੇ ਰੋਜ਼ ਨਵੀਆਂ ਵੀਡੀਓ ਆਉਂਦੀਆਂ ਨੇ ਆਪਣੀਆਂ ਬੱਕਰੀਆਂ ਸੰਬੰਧੀ ਤਾਂ ਅਤੇ ਜ਼ਰੂਰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਅਤੇ ਧੰਨਵਾਦ ਜੀ, ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਦੱਸਿਓ ਕਮੈਂਟ ਕਰਕੇ।